ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਥੰਬਨੇਲ ਤੁਸੀਂ ਦੇਖ ਹੀ ਲਿਆ ਹੋਣਾ ਅਤੇ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿ ਅੱਜ ਦੀ ਵੀਡੀਓ ਕਿਸ ਬੇਸ 'ਤੇ ਹੋਣ ਵਾਲੀ ਆ। ਅਸੀਂ ਚੱਲੇ ਹਾਂਗੇ ਮੇਲੇ 'ਤੇ ਜਿਹੜੇ ਸਾਡੇ ਰਾਏਕੋਟ ਲੱਗਿਆ ਹੋਇਆ ਗਾ। ਤਾਂ ਚਲੋ ਜੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ, ਆਪਣਾ ਬਲੌਗ ਸ਼ੁਰੂ ਕਰਦੇ ਹਾਂ। ਗੁਰਦੁਆਰਾ ਸਾਹਿਬ ਦੀ ਡਿਊੜੀ ਦੇ ਬਾਹਰ ਵਾਲੀ ਸਾਈਡ ਇਹ ਮੇਲਾ ਜਿਹੜਾ ਕਿ ਲੱਗਿਆ ਹੋਇਆ ਸੀ, ਤੁਸੀਂ ਦੇਖ ਸਕਦੇ ਹੋਗੇ। ਇਹਨੂੰ ਲੱਗੇ ਨੂੰ ਲਗਭਗ 15 ਕੁ ਦਿਨ ਹੋ ਚੁੱਕੇ ਸੀਗੇ ਅਤੇ ਹੁਣ ਅਸੀਂ ਵੀ ਰਹਿਣ ਵਾਲੀ ਵੀ ਚਲੋ ਅਸੀਂ ਵੀ ਚੱਲ ਕੇ ਦੇਖ ਆਈਏ, ਕਿਉਂਕਿ ਫਸਟ ਟਾਈਮ ਸੀ ਕਿ ਇੰਨਾ ਲੰਬਾ ਕੋਈ ਮੇਲਾ ਲੱਗਿਆ ਹੋਵੇ ਰਾਏਕੋਟ 'ਚ। ਆਈ ਲਵ ਰਾਏਕੋਟ, ਇਹਦੇ ਬਾਹਰ ਵੱਡਾ ਸਾਰਾ ਬੈਨਰ ਲਾਇਆ ਹੋਇਆ ਸੀ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਿਆ। ਮੰਮੀ ਹੋਰ ਅੱਗੇ ਅੱਗੇ ਚਲੇ ਗਏ ਸੀ, ਮੈਂ ਇਕੱਲੀ ਉਚਾਰੀ ਵੀਡੀਓ ਬਣਾਉਂਦੀ ਪਿੱਛੇ ਰਹਿ ਗਈ ਸੀ, ਮੈਂ ਵੀ ਪਹੁੰਚ ਹੀ ਜਾਂਦੀ ਹਾਂ। ਆਹ ਇਹਦਾ ਮੇਨ ਗੇਟ ਆ ਰਾਏਕੋਟ ਫਨ ਫੇਅਰ, ਜਿੱਥੇ ਅਸੀਂ ਹੁਣ ਖੜ੍ਹੇ ਹਾਂਗੇ। ਸ਼ਾਮ 3 ਵਜੇ ਤੋਂ ਰਾਤ 10 ਵਜੇ ਤੱਕ ਇਹ ਖੁੱਲ੍ਹਾ ਰਹਿੰਦਾ ਗਾ, ਅਤੇ ਅਸੀਂ ਵੀ 6:30 ਵਜੇ ਇੱਥੇ ਪਹੁੰਚ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਦਿਨ ਖੜ੍ਹਾ ਗਾ, ਮੰਮੀ, ਨੰਨੂ, ਹੈਰੀ ਅਤੇ ਮੈਂ। ਮੰਮੀ ਅਤੇ ਹੈਰੀ ਨੇ ਮੈਚਿੰਗ ਕੀਤੀ ਆ, ਮੈਂ ਅਤੇ ਨੰਨੂ ਨੇ ਮੈਚਿੰਗ ਕੀਤੀ ਆ। ਚੰਡੋਲਾਂ, ਹੋਰ ਬਹੁਤ ਕੁਛ ਇੱਥੇ ਲੱਗਿਆ ਹੋਇਆ, ਝੂਟੇ। ਆਹ ਇਹਦੇ ਸਾਡੇ ਕੁਛ ਗੇਮਸ ਸੀਗੀਆਂ ਜਿਹਦੇ ਵਿੱਚ ਰਿੰਗਸ ਵਗੈਰਾ ਪਾ ਕੇ ਜਿਵੇਂ ਆਪਾਂ ਖੇਡਦੇ ਹੁੰਦੇ ਹਾਂ, ਪਰ ਅਸੀਂ ਕਿਹਾ ਪਹਿਲਾਂ ਝੂਟੇ ਲਵਾਂਗੇ ਫਿਰ ਇੱਥੇ ਪੈਸੇ ਇਨਵੈਸਟ ਕਰਾਂਗੇ ਜੇ ਬਚੇ। ਆਹ ਤੁਹਾਨੂੰ ਪੂਰਾ ਮੇਲੇ ਦਾ ਵਿਊ ਦਿਖਾ ਰਹੀ ਹਾਂ। ਇਹ ਜਿਹੜੀ ਜਗ੍ਹਾ ਗੀ ਇੱਕ ਸਕੂਲ ਵਾਲਾ ਗਰਾਊਂਡ ਆ ਪਿਛਲੀ ਸਾਈਡ ਦਾ। ਇਸ ਸਾਈਡ ਅਸੀਂ ਗਏ ਤਾਂ ਇੱਕ ਗੇਮ ਸੀ, ਨੇੜੇ ਜਾ ਕੇ ਮੈਨੂੰ ਪਤਾ ਲੱਗਿਆ। ਜਿਹੜੀਆਂ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਕਿੱਥੇ ਰੱਖੀਆਂ ਹੋਈਆਂ ਨੇ, ਇਹ ਇੱਦਾਂ ਬੋਲਸ ਪਾ ਕੇ ਜਿੱਤਣੀਆਂ ਹੁੰਦੀਆਂ ਸੀ। ਇਹ ਕੁਛ ਨੰਬਰਿੰਗ ਵਗੈਰਾ ਇਕੱਠੀ ਕਰਨੀ ਸੀ, ਤੁਸੀਂ ਦੇਖ ਸਕਦੇ ਹੋ ਇੱਥੇ ਨੰਬਰ ਲੱਗੇ ਹੋਏ ਸੀਗੇ, ਬਟ ਸਾਨੂੰ ਬੇਕਾਰ ਜਿਹਾ ਆਈਡੀਆ ਲੱਗਿਆ ਹੋਇਆ ਸੀ ਕਿ ਚਲੋ ਪਹਿਲਾਂ ਝੂਟੇ ਲੈਂਦੇ ਹਾਂ। ਮਿਕੀ ਮਾਊਸ ਲੱਗੇ ਹੋਏ ਸੀਗੇ, ਜਵਾਕ ਵਿਚਾਰੇ ਛਾਲਾਂ ਮਾਰ ਮਾਰ ਕੇ ਮਿੱਕੀ ਮਾਊਸ 'ਤੇ ਬੁੰਦਲੇ ਪਏ ਸੀ, ਪਰ ਫਿਰ ਵੀ ਜੀ ਨਹੀਂ ਭਰਦਾ ਸੀਗਾ। ਥੋੜ੍ਹਾ ਜਿਹਾ ਅੱਗੇ ਗਏ ਤਾਂ ਚੰਡੋਲ ਲੱਗੀ ਹੋਈ ਸੀ ਅਤੇ ਉਹ ਕਿਸ਼ਤੀ ਸੀ। ਇੱਥੇ ਬੱਚਿਆਂ ਲਈ ਛੋਟਾ ਜਿਹਾ ਸਵੀਮਿੰਗ ਪੂਲ ਰੈਡੀ ਕੀਤਾ ਹੋਇਆ ਸੀਗਾ। ਹੈਰੀ ਕਹਿੰਦੀ ਮੈਂ ਇਸ ਲੈਣਾ, ਪਰ ਅਸੀਂ ਕਿਹਾ ਨਹੀਂ, ਤਾਂ ਥੋੜ੍ਹੇ ਛੋਟੀ ਹਾਂ ਤਾਂ ਉੱਥੋਂ ਨਹੀਂ ਘੁੰਮਣਾ। ਇਹ ਡਰੈਗਨ ਸੀ ਛੋਟਾ, ਅਸੀਂ ਹੈਰੀ ਲਈ ਵੈਸੇ ਨਾ ਝੂਲਾ ਕੁਛ ਸਿਲੈਕਟ ਕਰ ਰਹੇ ਸੀ ਜਿੱਥੇ ਨੂੰ ਝੂਟੇ ਝੂਟੇ ਦਵਾਉਣੇ ਆ। ਫਾਈਨਲੀ ਅਸੀਂ ਇੱਥੇ ਪਹੁੰਚ ਗਏ ਹਾਂ, ਛੋਟੀ ਜਿਹੀ ਟ੍ਰੇਨ ਸਾਨੂੰ ਪਸੰਦ ਆਈ ਇਹਦੇ ਵਾਸਤੇ, ਅਤੇ ਇਹਨੂੰ ਦਿਖਾ ਲਾ। ਹੈਰੀ ਬਹਿ ਗਿਆ ਨਾਲ, ਤੂੰ ਨਾਲ ਬੈਠ ਕੇ ਕੀ ਕਰਨਾ ਬੱਚਿਆਂ ਨੇ, ਚੱਲ ਮੇਰੇ ਤੋਂ ਬੈਠ ਜਾ। ਹੈਰੀ ਬਾਏ ਕਰੋ, ਹੱਥ ਪਾ ਲਈ ਇਹਨੂੰ, ਇੱਥੇ ਇਹਨੂੰ ਹੱਥ ਪਾ ਲਈ, ਜੇ ਪਾਉਣਾ ਹੋਇਆ ਆਪਣੇ ਤੂੰ ਡਿੱਗਦਾ ਨਹੀਂ ਹੈਗਾ। ਚੱਲ ਵੀ ਬਾਏ। ਹੈਰੀ ਨੇ ਤਾਂ ਆਪਦਾ ਝੂਟਾ ਲੈ ਲਿਆ ਸੀ ਤਾਂ ਝੂਟਾ ਲੈ ਕੇ ਬਹੁਤ ਹੋ ਚੁੱਕੀ ਸੀ ਖੁਸ਼, ਅਤੇ ਹੁਣ ਵਾਰੀ ਸੀਗੀ ਮੇਰੀ, ਕਿਉਂਕਿ ਮੈਂ ਲੈਣਾ ਸੀਗਾ ਚੰਡੋਲ 'ਤੇ ਝੂਟਾ। ਚੰਡੋਲ 'ਤੇ ਮੈਂ ਫਸਟ ਟਾਈਮ ਝੂਟਾ ਲੈਣਾ ਸੀ ਅਤੇ ਮੇਰਾ ਆਪਦਾ ਫਸਟ ਐਕਸਪੀਰੀਅੰਸ ਕਰਨਾ ਸੀ, ਕਿੱਦਾਂ ਲੱਗਦਾ, ਡਰ ਲੱਗਦਾ ਵੀ ਜਾਂ ਨਹੀਂ ਲੱਗਦਾ। ਮੰਮੀ ਕਹਿੰਦੀ ਤੂੰ ਬਹੁਤ ਡਰੇਂਗੀ, ਰਹਿਣ ਦੇ ਸਾਹ ਤੂੰ ਚੜ੍ਹ ਜੂਗਾ। ਮੈਂ ਕਿਹਾ ਨਹੀਂ ਯਾਰ, ਇੱਕ ਵਾਰ ਝੂਟਾ ਮੈਂ ਜ਼ਰੂਰ ਲਊਂਗੀ, ਤੁਹਾਨੂੰ ਐਕਸਪੀਰੀਅੰਸ ਵੀ ਦੱਸੂ ਕਿ ਮੈਨੂੰ ਕਿੱਦਾਂ ਦਾ ਲੱਗਿਆ, ਕਿਹੜੇ ਝੂਟੇ 'ਤੇ ਬਹਿ ਕੇ ਮੈਨੂੰ ਕਿੰਨਾ ਕੁ ਡਰ ਲੱਗਿਆ, ਕਿਹੜੇ 'ਤੇ ਮੈਨੂੰ ਬਿਲਕੁਲ ਵੀ ਨਹੀਂ ਡਰ ਲੱਗਿਆ। ਸੋ ਵੀਡੀਓ 'ਚ ਬਣੇ ਰਹੋ, ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਤੁਹਾਡੇ ਲਈ। ਲਓ ਜੀ, ਚੰਡੋਲ 'ਤੇ ਬੈਠਣ ਵਾਸਤੇ ਮੈਂ ਅਤੇ ਮੇਰਾ ਭਰਾ ਆ ਚੁੱਕੇ ਹਾਂ। ਇੱਕ ਇੱਕ ਪਰਸਨ ਦੀ 50,000 ਰੁਪਏ ਟਿਕਟ ਸੀਗੀ ਇੱਥੇ, ਅਤੇ ਹੁਣ ਚੰਡੋਲ ਥੋੜ੍ਹੀ ਜਿਹੀ ਸਲੋਅ ਹੋਊਗੀ ਅਤੇ ਫਿਰ ਅਸੀਂ ਚੰਡੋਲ 'ਚ ਬੈਠਾਂਗੇ। ਮੈਂ ਅਤੇ ਮੇਰਾ ਭਰਾ ਇਹ ਦੋਨੇ ਹੀ ਬੈਠਾਂਗੇ, ਕਿਉਂਕਿ ਮੰਮੀ ਡਰਦੇ ਸੀ, ਮੰਮੀ ਕਹਿੰਦੇ ਮੈਂ ਨਹੀਂ ਬਹਿਣਾ ਹੈਗਾ, ਤੁਸੀਂ ਦੋਵੇਂ ਬਹਿ ਜਾਓ। ਅਤੇ ਫਾਈਨਲੀ ਹੁਣ ਚੰਡੋਲ ਤੁਰ ਪਈ ਆ, ਚੱਲ ਪਈ ਆ, ਅਤੇ ਇਹਦਾ ਨਜ਼ਾਰਾ ਬਹੁਤ ਵਧੀਆ ਸੀਗਾ। ਮਤਲਬ ਜਦੋਂ ਉੱਪਰ ਜਾਂਦੇ ਹਾਂ ਨਾ, ਉੱਥੋਂ ਬਹੁਤ ਵਧੀਆ ਵਿਊ ਵੀ ਆਉਂਦਾ ਅਤੇ ਵਧੀਆ ਵੀ ਲੱਗਦਾ, ਪਰ ਜਦੋਂ ਉੱਪਰ ਤੋਂ ਨੀਚੇ ਆਉਂਦੀਆਂ ਨਾ ਇੱਕਦਮ ਚੰਡੋਲ, ਉਦੋਂ ਅਜੀਬ ਜਿਹੀ ਕਿਸਮ ਦੀ ਘਬਰਾਹਟ ਜਿਹੀ ਹੁੰਦੀ ਆ। ਜਿਹੜਾ ਵੀ ਚੰਡੋਲ 'ਚ ਬੈਠਾ ਹੋਊਗਾ ਉਹਨੂੰ ਇਸ ਗੱਲ ਦਾ ਪਤਾ ਹੋਊਗਾ। ਅਤੇ ਆਹ ਸਾਰਾ ਵਿਊ ਮੈਂ ਤੁਹਾਨੂੰ ਦਿਖਾ ਰਹੀ ਹਾਂ ਚੰਡੋਲ ਦੇ ਉੱਪਰ ਬਹਿ ਕੇ ਪੂਰੇ ਮੇਲੇ ਦਾ, ਇਹ ਕਿੱਡਾ ਵੱਡਾ ਲੱਗਿਆ ਅਤੇ ਕਿੰਨਾ ਸੋਹਣਾ ਲੱਗਦਾ ਗਾ। ਇੱਥੋਂ ਸਾਡਾ ਰਾਏਕੋਟ ਸ਼ਹਿਰ ਵੀ ਪੂਰਾ ਵਧੀਆ ਦਿਖਦਾ ਵਾ। ਨੀਚੇ ਮੰਮੀ ਹੋਰੇ ਖੜ੍ਹੇ ਸੀ, ਉਹ ਹੁਣ ਨਜ਼ਰ ਨਹੀਂ ਆ ਰਹੇ ਹੋਣਗੇ ਤੁਹਾਨੂੰ। ਚੰਡੋਲ 'ਤੇ ਝੂਟੇ ਅਸੀਂ ਹੁਣ ਲੈ ਲਏ ਆ, ਮੈਂ ਅਤੇ ਮੇਰਾ ਭਰਾ ਉੱਤਰ ਰਹੇ ਹਾਂਗੇ ਨੀਚੇ। ਵਧੀਆ ਐਕਸਪੀਰੀਅੰਸ ਰਿਹਾ, ਇੰਨੀ ਵੀ ਜ਼ਿਆਦਾ ਘਬਰਾਹਟ ਨਹੀਂ ਹੋਈ, ਮੈਨੂੰ ਵਧੀਆ ਲੱਗਿਆ ਚੰਡੋਲ 'ਤੇ ਬਹਿ ਕੇ। ਅਤੇ ਹੁਣ ਅਸੀਂ ਜਾਵਾਂਗੇ ਕਿਸ਼ਤੀ 'ਤੇ ਬੈਠਣ ਵਾਸਤੇ। ਕਿਸ਼ਤੀ, ਵਾਹਿਗੁਰੂ ਵਾਹਿਗੁਰੂ, ਇਹ ਤਾਂ ਸਭ ਤੋਂ ਵੱਧ ਮੈਨੂੰ ਡਰ ਲੱਗਿਆ। ਮੰਮੀ ਮੈਨੂੰ ਪਹਿਲਾਂ ਹੀ ਕਹਿ ਰਹੀ ਸੀ, ਹੈਰੀ ਸਾਡੇ ਨਾਲ ਬੈਠੀ ਸੀ, ਹੈਰੀ ਨੂੰ ਮੈਂ ਆਪਣੀ ਗੋਦੀ 'ਚ ਬਿਠਾਇਆ ਸੀ, ਪਹਿਲਾਂ ਮੈਂ ਇਹਨੂੰ ਸਾਈਡ 'ਤੇ ਬਿਠਾਤਾ, ਅਤੇ ਬਾਅਦ ਵਿੱਚ ਮੈਂ ਕਿਹਾ ਚੱਲ ਮੇਰੀ ਗੋਦੀ 'ਚ ਬਹਿ ਜਾ, ਬਟ ਇੰਨਾ ਜ਼ਿਆਦਾ ਮੈਨੂੰ ਉੱਤੇ ਘੇਰ ਚੜ੍ਹੀ ਯਾਰ, ਉਹਦੇ ਜਦੋਂ ਇੱਕਦਮ ਨਾ ਉੱਚੀ ਲੈ ਕੇ ਜਾਂਦੇ ਆਗੇ ਉੱਤੇ, ਉਹ ਐਂ ਲੱਗਦਾ ਵੀ ਮੈਂ ਤਾਂ ਵਿੱਚੋਂ ਨਿਕਲ ਕੇ ਡਿੱਗੂੰਗੀ। ਪਹਿਲਾਂ ਮੈਂ ਸਾਈਡ 'ਤੇ ਬਿਠਾਈ ਸੀ, ਹੈਰੀ ਮੰਮੀ ਕਹਿੰਦੇ ਇਹਨੂੰ ਬੁੱਕਲ 'ਚ ਕਰ ਲਾ, ਫਿਰ ਅਸੀਂ ਬੁੱਕਲ 'ਚ ਕਰ ਲਈ, ਅਤੇ ਹੁਣ ਝੂਟ ਲੈ ਲਈ ਸੀਗੀ। ਚੱਲ ਕਿਸ਼ਤੀ 'ਤੇ ਤਾਂ ਅਸੀਂ, ਮੰਮੀ ਅਤੇ ਹੈਰੀ ਦੁਬਾਰਾ ਜਾ ਰਹੇ ਆ, ਇਹ ਡਰੈਗਨ 'ਤੇ ਬੈਠਣਗੇ, ਇਹਨਾਂ ਨੇ ਇੱਥੇ ਝੂਟ ਲੈਣਾ, ਮੰਮਾ ਡਰੈਗਨ 'ਤੇ ਬਹਿ ਕੇ ਝੂਟ ਲੈਂਦੇ ਹੁੰਦੇ ਹਮੇਸ਼ਾ।
ਅਤੇ ਹੁਣ ਜਿਹੜਾ ਮੇਰਾ ਭਰਾ ਇਹ ਕਹਿੰਦਾ ਮੈਂ ਬੈਠਣਾ ਉੱਧਰ ਕੱਪ ਪਲੇਟ 'ਚ, ਕੱਪ ਪਲੇਟ ਹੀ ਕਹਿੰਦੇ ਆਈ ਥਿੰਕ ਇਹਨੂੰ ਆਹ ਜਿਹੜਾ ਘੁੰਮਦੇ ਆ, ਕਿਉਂਕਿ ਇੱਕ ਤਾਂ ਕਿਸੇ ਚੜ੍ਹਿਆ ਹੋਇਆ ਸੀ, ਇਹਨੂੰ ਪਹਿਲਾਂ ਘੇਰ ਚੜ੍ਹੀ ਹੋਈ ਸੀ ਉਹਦੀ, ਕੁਛ ਕਿਸੇ 'ਤੇ ਬਹਿ ਕੇ ਘੇਰ ਚੜ੍ਹਦੀ ਆ, ਅਤੇ ਬਾਅਦ ਵਿੱਚ ਬਹਿ ਗਿਆ ਇਹਦੇ ਵਿੱਚ, ਇਹਦੇ ਵਿੱਚ ਤਾਂ ਫਿਰ ਇਹਦੀ ਹਾਲਤ ਖਰਾਬ ਹੋਣੀ ਸੀ ਕਿਉਂਕਿ ਘੁੰਮਦੀ ਵੀ ਗੋਲ ਗੋਲ ਆ ਗਈ। ਮੈਂ ਤਾਂ ਬਸ ਬੈਠੀ ਖੜ੍ਹੀ ਇਹਦੇ ਕੋਲ, ਵੀਡੀਓ ਹੀ ਬਣਾਏਗੀ। ਮੈਂ ਕਿਹਾ ਲੈ ਬਾਈ ਝੂਟੇ, ਹੁਣ ਤੂੰ ਤੇਰਾ ਤੁਸੀਂ ਐਕਸਪੀਰੀਅੰਸ ਸੁਣਿਓ, ਲਾਸਟ ਟਾਈਮ ਜਦੋਂ ਇਹ ਝੂਟੇ ਲੈ ਕੇ ਨਿਊਜ਼ ਪੇਪਰ ਕਿਵੇਂ ਲੱਗਿਆ ਚੱਕਰ ਆਉਣ ਲੱਗ ਗਏ ਨਨੂੰ ਝੂਟੇ ਲੈ ਕੇ ਆ ਗਿਆ ਸੀ ਹੈਰੀ ਨੇ, ਫਿਰ ਜ਼ਿੱਦ ਕਰ ਲਈ, ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਹੋਰ ਝੂਟੇ ਲੈਣੇ ਆ, ਅਤੇ ਆਹ ਬੱਥਕਾਂ ਦੀਆਂ ਤੇ ਬੈਠਾ ਜ਼ਿੱਦ ਕਰਨ ਲੱਗ ਗਈ। ਮੰਮੀ ਕਹਿੰਦੇ ਹੁਣ ਲਾਸਟ ਟਾਈਮ ਆ, ਹੋਰ ਝੂਟੇ ਨਹੀਂ ਲੈਣੇ ਹੈਗੇ ਗੇ। ਇਹਦਾ ਕੰਮ ਵਧੀਆ ਵੈਸੇ ਦੱਸਾਂ ਕਿ, ਪਹਿਲਾਂ ਤਾਂ ਡਰੈਗ 'ਤੇ ਮੰਮੀ ਨਾਲ ਫ੍ਰੀ 'ਚ ਬਹਿ ਕੇ ਵਗੀ, ਫਿਰ ਕਿਸ਼ਤੀ 'ਤੇ ਫ੍ਰੀ 'ਚ ਬਹਿ ਕੇ ਵਗੀ, ਸਟਾਰਟਿੰਗ 'ਚ ਇਹਨੇ ਟ੍ਰੇਨ 'ਤੇ ਝੂਟਾ ਲੈ ਲਿਆ, ਅਤੇ ਹੁਣ ਆਹ ਬੱਥਕਾਂ ਦੇ ਸਭ ਤੋਂ ਵੱਧ ਝੂਟੇ ਇਹਨੇ ਲੈਤੇ ਆ। ਅਤੇ ਇਸ ਸਾਈਡ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਦੁਕਾਨਾਂ ਕੁਛ ਲੱਗੀਆਂ ਹੋਈਆਂ ਸੀਗੀਆਂ, 30 ਰੁਪਏ ਸੇਲ, 20 ਰੁਪਏ ਸੇਲ, ਕੁਛ ਇੱਦਾਂ ਸੀ ਇੱਥੇ ਸਮਾਨ। ਬਟ ਪੁੱਛਣ ਦੇ ਜਦੋਂ ਪ੍ਰਾਈਜ਼ ਅਸਲੀ 'ਚ ਪੁੱਛਦੇ ਹਾਂ ਤਾਂ ਕਾਫ਼ੀ ਜ਼ਿਆਦਾ ਮਹਿੰਗਾ ਦੱਸ ਰਹੇ ਸੀ, ਇਸ ਕਰਕੇ ਅਸੀਂ ਇੱਥੋਂ ਸਮਾਨ ਨਹੀਂ ਲਿਆ। ਲਓ ਜੀ ਹੁਣ ਅਸੀਂ ਚੱਲੇ ਹਾਂ ਘਰੇ ਵਾਪਸ, ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਅਤੇ ਪੈਸੇ ਵੀ ਸਾਡੇ ਸਾਰੇ ਖਰਚ ਹੋ ਚੁੱਕੇ ਆ। ਮੰਮੀ ਵੀਡੀਓ 'ਚ ਹੀ ਇਸ਼ਾਰਾ ਕਰ ਰਹੇ ਆ ਕਿਉਂਕਿ ਝੂਟੇ ਬਹੁਤ ਜ਼ਿਆਦਾ ਮਹਿੰਗੇ ਪੈ ਗਏ ਸਾਨੂੰ, ਪਰ ਵਧੀਆ ਲੱਗਿਆ, ਇੰਜੋਏ ਕੀਤਾ। ਇਹ ਸੀ ਰਾਏਕੋਟ ਫਨ ਫੇਅਰ ਮੇਲਾ, ਤੁਹਾਨੂੰ ਸਾਰਾ ਵਲੌਗ 'ਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਤੇ ਹੁਣ ਅਸੀਂ ਚੱਲੇ ਹਾਂ ਘਰੇ, ਪਰ ਬਾਹਰ ਆ ਕੇ ਸਭ ਤੋਂ ਪਹਿਲਾਂ ਅਸੀਂ ਖਾਵਾਂਗੇ ਗੋਲ ਗੱਪੇ, ਕਿਉਂਕਿ ਗੋਲ ਗੱਪੇ ਸਾਡੇ ਤਿੰਨਾਂ ਜਣਿਆਂ ਦੇ ਹੈਗੇ ਆ ਫੇਵਰੇਟ। ਮੇਰਾ ਭਰਾ ਤੁਹਾਨੂੰ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਹੋਊਗਾ ਕਿਉਂਕਿ ਉਹ ਪਹੁੰਚ ਚੁੱਕਿਆ ਸਿੱਧਾ ਮੋਟਰਸਾਈਕਲ ਕੋਲ, ਉਹਨੂੰ ਘੇਰ ਬਹੁਤ ਜ਼ਿਆਦਾ ਚੜ ਰਹੀ ਸੀ। ਬਟ ਮੈਂ ਅਤੇ ਮੰਮੀ ਅਤੇ ਹੈਰੀ ਤਾਂ ਇਸ ਤਿੰਨਾਂ ਤੱਕ ਖਾਵਾਂਗੀ। ਹੈਰੀ ਕਹਿੰਦੀ ਮੈਂ ਦਹੀਂ ਵਾਲੇ ਖਾਣੇ ਆ, ਦਹੀਂ ਅੰਕਲ ਕੋਲ ਹੈ ਨਹੀਂ ਸੀ, ਸੋ ਇਸ ਲਈ ਮੈਂ ਅਤੇ ਮੰਮੀ ਹੀ ਖਾਵਾਂਗੇ। ਘਰੇ ਜਾ ਕੇ ਮੈਂ ਵੀ ਕੰਮ ਕਰਨਾ, ਰੋਟੀ ਵੀ ਬਣਾਉਣੀ ਆ। ਹੁਣ ਇਹ ਮੇਰੀ ਵੀਡੀਓ ਦਾ ਐਂਡ ਪੁਆਇੰਟ ਆ। ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਹੀ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ 'ਤੇ ਫਸਟ ਟਾਈਮ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਹ ਸੀ ਰਾਏਕੋਟ ਫਨ ਫੇਅਰ ਮੇਲਾ, ਜਿਸ ਤੁਹਾਨੂੰ ਮੈਂ ਸਾਰਾ ਮੇਲਾ ਦਿਖਾਇਆ, ਸਾਰੇ ਝੂਟੇ ਦਿਖਾਏ ਜਿਹੜੇ ਜਿਹੜੇ ਮੈਂ ਲੈਤੇ, ਅਤੇ ਹੁਣ ਆਹ ਵੀਡੀਓ ਦਾ ਐਂਡ ਪੁਆਇੰਟ ਆ। ਅਲਵਿਦਾ ਕਹਿੰਦੇ ਹਾਂ ਜੀ, ਬਾਏ ਬਾਏ।